ਬਲਵਿੰਦਰ ਕੌਰ ਕੀ ਗੱਲਬਾਤ ਹੋਈ ਜੀ? ਗੱਲਬਾਤ ਕਲੈਕਸ਼ਨ ਦੀ ਹੈਗੀ ਸੀ, ਲੜਾਈ ਹੋ ਗਈ ਇੱਥੇ ਖੇਤਾਂ ਵਿੱਚ, ਕਲੈਕਸ਼ਨ ਮੰਗਦੇ ਹਾਂ ਅਸੀਂ ਆਪਦਾ। ਕਿੰਨਾਂ ਨਾਲ ਲੜਾਈ ਹੋਈ ਆ? ਗੁਰਬਚਨ ਸਿੰਘ ਭਰਾ ਜਹੇਦਾਰ ਦਾ, ਰਤਨ ਸਿੰਘ ਦਾ। ਅਤੇ ਹੁਣ ਕੀ ਹੋਇਆ ਲੜਾਈ ਹੋਣ ਤੋਂ ਬਾਅਦ? ਲੜਾਈ ਹੋਣ ਤੋਂ ਬਾਅਦ ਜੀ ਸੱਟ ਜ਼ਿਆਦਾ ਲਾਤੀ, ਉਹਦੀ ਡੈਥ ਹੋ ਗਈ ਆ। ਮੰਗ ਕਰ ਰਹੇ ਹਾਂ ਸਾਡੀ ਕਾਰਵਾਈ ਸੁਣਾਉਣੀ ਚਾਹੀਦੀ। ਗੁਰਬਚਨ ਸਿੰਘ ਜੀ, ਰਤਨ ਸਿੰਘ ਜੀ ਭਰਾ ਜੀ? ਹਾਂਜੀ, ਜਵਾਈ ਵੀ ਨਾਲ ਸੀ ਉਹਦੇ। ਕਿੰਨੇ ਜਾਣੇ ਸੀ ਉਹ? ਉਹਦੇ ਨਾਲ ਤਾਂ ਹੈਗੇ ਸੀ 25 ਜਾਣੇ। ਜਿਨ੍ਹਾਂ ਨੇ ਸੱਟਾਂ ਲਾਈਆਂ ਉਹ ਕਿੰਨੇ ਕੁ ਜਾਣੇ? ਉਹ 4-5 ਜਾਣੇ ਹੈਗੇ, ਜਵਾਈ ਸੀ ਦੋ। ਪੰਜ ਇਹ ਪਤਾ ਉਹਨਾਂ ਦਾ ਨਾਂ ਪਤਾ ਕੀ ਕੀ ਆ? ਹਾਂਜੀ, ਮੁੰਡਿਆਂ ਦਾ ਨਾਂ, ਉਹਨਾਂ ਦੇ ਪਿਓ ਦਾ ਨਾਂ ਗੁਰਭਚਨ ਸਿੰਘ, ਉਹਦਾ ਮੁੰਡੇ ਵੱਡੇ ਦਾ ਨਾਂ ਭੇਜਾ, ਇਹ ਨਿੱਕੇ ਦਾ ਨਾਂ ਕੀਤਾ ਰਿਹਾ, ਅਤੇ ਇੱਕ ਦਾ ਨਾਂ ਜਵਾਈ ਦਾ ਨਾਂ ਪੰਜਾਬ ਆ, ਦੂਜੇ ਦਾ ਨਾਂ ਸੱਤਾ ਹੈ। ਪੰਜਾਬ ਭਰੇ ਕੀ ਮੰਗ ਕਰਦੇ ਤੁਸੀਂ? ਸਾਡਾ ਸਾਥ ਦੇਣਾ ਚਾਹੀਦਾ। ਕਨੈਕਸ਼ਨ ਦਾ ਦੋ ਭਰਾਵਾਂ ਦਾ ਝਗੜਾ ਹੈ, ਪਰ ਇਹ ਪੰਚਾਇਤਾਂ ਭੌਂਦੇ ਰਹੀ ਹਾਂ, ਪਰ ਨਹੀਂ ਵੀ ਉਹ ਆਪਦਾ ਹਿੱਸਾ ਮੰਗਦਾ ਹੈ ਕਿ ਕਨੈਕਸ਼ਨ ਦਾ ਮੈਨੂੰ ਹਿੱਸਾ ਮਿਲੀ। ਪਾਣੀ ਲਾਉਣ ਗਏ ਆ, ਪਾਣੀ ਲਾਉਣ ਗਿਆ ਨੂੰ ਉੱਥੇ ਇਹਨਾਂ ਨੇ ਰਲ ਕੇ ਪੰਜਾਂ ਜਣਿਆਂ ਨੇ ਇਹਨਾਂ ਕਤਲ ਕਰਤਾ, ਸਿਰ ਦੇ ਵਿੱਚ ਕੌੜੀ ਮਾਰੀ ਆ। ਕੀ ਮੰਗ ਕਰਦੇ ਜਾਂਦੇ? ਅਸੀਂ ਇਨਸਾਫ ਚਾਹੁੰਦੇ ਹਾਂ ਕਿ ਜੋ ਵੀ ਬਣਦੀ ਕਾਰਵਾਈ ਉਹਨਾਂ ਨੇ ਕੀਤੀ ਜਾਵੇ, ਸਾਨੂੰ ਸਾਡਾ ਹੱਕ ਦਿਵਾਇਆ ਜਾਵੇ, ਤਾਂ ਬੱਚਿਆਂ ਨੂੰ ਉਹਨਾਂ ਦਾ ਹੱਕ ਜੋ ਬਣਦਾ ਉਹਨਾਂ ਨੂੰ ਦਿਵਾਇਆ ਜਾਵੇ। ਮਰਡਰ ਹੋਇਆ, ਕੀ ਮਸਲਾ ਹੈ ਸਰ, ਕੀ ਕਾਰਵਾਈ ਕੀਤੀ ਗਈ? ਜੀ ਕੱਲ੍ਹ 1 ਵਜੇ ਦੋ ਭਰਾ ਨੇ, ਸਰਦਾਰ ਰਤਨ ਸਿੰਘ ਅਤੇ ਗੁਰਭਚਨ ਸਿੰਘ, ਉੱਪਰੇ ਗਿਆ ਦਲੀਪ ਸਿੰਘ, ਦੋ ਭਰਾ ਸਕੇ ਇਹਨਾਂ ਦਾ ਕੋਈ ਜ਼ਮੀਨ ਦਾ, 2-2 ਕਿੱਲੇ ਜ਼ਮੀਨ ਇਹਨਾਂ ਦੀ, ਅਤੇ ਜਿਹੜਾ ਰਤਨ ਸਿੰਘ ਆ ਉਹਨੂੰ ਜ਼ਮੀਨ ਬੰਬੀ ਤੋਂ ਸਾਈਡ 'ਤੇ ਦਿੱਤੀ ਆ, ਅਤੇ ਬੰਬੀ ਦਾ ਪਾਣੀ ਵੀ ਜਿਹੜਾ ਗੁਰਭਚਨ ਸਿੰਘ ਨਹੀਂ ਸੀ ਦਿੰਦਾ, ਇਸ ਕਰਕੇ ਇਹਨਾਂ ਦਾ ਕੱਲ੍ਹ ਝਗੜਾ ਹੋਇਆ ਜ਼ਮੀਨ ਦੇ ਵਿੱਚ। ਅਤੇ ਜਿਹੜਾ ਗੁਰਭਚਨ ਸਿੰਘ ਪਾਰਟੀ ਵੱਲੋਂ ਰਤਨ ਸਿੰਘ ਦੇ ਸਿਰ ਦੇ ਵਿੱਚ ਸੱਟ ਮਾਰੀ ਗਈ ਆ, ਜਿਹਨਾਂ ਦੀ ਡੈਥ ਹੋ ਗਈ ਆ, ਅਤੇ ਦੋਸ਼ੀਆਂ ਦੇ ਖਿਲਾਫ਼ ਮੁਕੱਦਮਾ ਨੰਬਰ 269 ਮਿਤੀ 10/11/1920 ਜੁਰਮ 302 ਦੇ ਤਹਿਤ ਦਰਜ ਹੋਇਆ ਜੀ, ਅਤੇ ਲਾਸ਼ ਦਾ ਪੋਸਟਮਾਰਟਮ ਹੋ ਰਿਹਾ, ਦੋਸ਼ੀਆਂ ਦੀ ਜਿਹੜੀ ਆ ਗ੍ਰਿਫਤਾਰੀ ਗੇਟ ਕੀਤਾ ਜਾ। ਸਰ ਕਿੰਨੇ ਦੋਸ਼ੀਆਂ ਖਿਲਾਫ਼ ਜਿਹੜੀ ਆ ਪਰਚਾ ਦਰਜ ਹੋਇਆ? 5 ਜਿਹੜੇ ਆ ਬਾਈ ਨੇਮ ਨੇ ਜੀ, ਅਤੇ 4-5 ਅਣਪਛਾਤੇ।